ਸਤਿ ਸ਼੍ਰੀ ਅਕਾਲ ਚਾਚੀ ਜੀ। ਸਤਿ ਸ਼੍ਰੀ ਅਕਾਲ ਪੁੱਤ, ਠੀਕ ਠਾਕ? ਹਾਂਜੀ ਹਾਂਜੀ, ਹੋਰ ਸੁਣਾਓ, ਠੀਕ ਬੈਠੇ ਜੇ? ਹਾਂ ਵਧੀਆ ਵਧੀਆ ਬੈਠੀ ਆ ਪੁੱਤ, ਕੰਮ ਧੰਦਾ ਕਰ ਲਿਆ ਸੀ, ਮੈਂ ਚਾਹ ਘੜੀ ਕੌਣ ਬਹਿ ਖਲੋ ਲੈਂਦੀ ਆ। ਚਲੋ ਵਧੀਆ ਵਧੀਆ। ਤੇ ਆ ਪੈਸੇ ਘੱਲੇ ਸੀ ਵੀਰ ਨੇ ਠੇਕੇ ਦੇ, ਮੈਂ ਭਲਾ ਚਾਚੀ ਨੂੰ ਦੇ ਜਾਈਏ, ਆਪਣਾ ਤਾਂ ਫਸਲ ਵੱਢੀ ਜਾਊਗੀ ਤੇ ਫਿਰ ਵੇਖੀ ਜਾਊਗੀ। ਪੁੱਤ ਆ ਤੇ ਤੂੰ ਬੜਾ ਵਧੀਆ ਕੀਤਾ ਈ, ਆਹ ਵੇਖ ਲਾ ਮਿਸਤਰੀ ਲੱਗੇ ਹੀ ਲੱਕੜ ਵਾਲੇ, ਤੇ ਮੈਨੂੰ ਲੋੜ ਵੀ ਬੜੀ ਸੀ ਪੈਸਿਆਂ ਦੀ। ਠੀਕ ਆ ਜੀ, ਆ ਲਓ ਤੁਸੀਂ ਵੀ ਗਿਣਤੀ ਮਾਰ ਲਓ। ਪੁੱਤ ਮੈਂ ਗਿਣਤੀ ਕਾਹਦੀ ਮਾਰਨੀ ਆ, ਤੂੰ ਹੁਣ ਮਾਰੀ ਆ ਗਿਣਤੀ, ਕੋਈ ਗੱਲ ਨਹੀਂ। ਚੰਗਾ ਚਾਚੀ ਫਿਰ ਚੱਲਦਾ ਮੈਂ। ਲੈ ਪੁੱਤ ਅਜੇ ਤਾਂ ਤੂੰ ਤੁਰਿਆ ਹੀ ਆਉਣ ਡਿਆ, ਬਹਿ ਜਾ ਪਾਣੀ ਧਾਣੀ ਪੀ, ਚਾਹ ਬਣਾਉਣੀ ਆ। ਸਰੋਂ ਵੱਡੀ ਤਾਂ ਸਾਡਾ ਮਾਇਆ, ਇਹ ਤਾਂ ਸਰੋਂ ਕੁਤਰਨੀ ਜਾ ਕੇ। ਤੇ ਫੇਰ ਕੀ ਆ, ਘੜੀ ਬਹਿ ਲਾ। ਨਹੀਂ ਕੋਈ ਨਹੀਂ, ਹੁਣ ਚੱਲਦੇ ਆ ਫੇਰ ਆਵਾਂਗੇ। ਲੈ ਦੱਸ, ਇਦਾਂ ਹੀ ਚੱਲ ਜਾਣਾ ਆ? ਹਾਂਜੀ ਹਾਂਜੀ। ਲੋਕਾਂ ਦੇ ਪੁੱਤ ਵੇਖਾ ਕਿੰਨੀ ਕਮਾਈ ਕਰਨ ਡਏ ਆ, ਕਿਤੇ ਧੁੱਪ ਨਹੀਂ ਵਹਿੰਦੇ, ਛਾਂ ਨਹੀਂ ਵਹਿੰਦੇ, ਤੇ ਆ ਜਿਹੜਾ ਮੇਰਾ ਵਿਹਲੜੀ, ਇਹਨੂੰ ਕੁਛ ਨਹੀਂ ਪਤਾ ਵੀ ਮੈਂ ਵੀ ਕੋਈ ਕੰਮ ਕਰਨਾ। ਰੱਖ ਹੀ ਆਵਾਂ ਪੈਸੇ ਹੁਣ ਅੰਦਰ, ਚੇਤਾ ਤਾਂ ਮੇਰਾ ਉਹ ਜਿਹਾ ਹੀ ਆ। ਆ ਜਿਹਦੀ ਵਰਦੀ ਫੜੀ ਆ, ਉਹਨੇ ਕੱਲ ਨੂੰ ਤੇਰੇ ਕੋਲ ਲੈਣ ਆਉਣਾ, ਤੇ ਉਹਨੂੰ ਦੇਣਾ ਕੀ ਆ? ਤੇ ਨਾਲੇ ਮੇਰੀ ਗੱਲ ਸੁਣ, ਤੂੰ ਉਧਰ ਨੂੰ ਕੰਨ ਕੀ ਕੱਸੇ ਨੇ? ਮੰਮੀ ਬਹਿ ਇੱਥੇ, ਤੈਨੂੰ ਦੱਸਾਂ ਵਰਦੀ ਦੀ ਤਾਂ ਕੋਈ ਗੱਲ ਨਹੀਂ, ਤਰਪਾਈ ਰਹਿ ਗਈ, ਮੈਂ ਰਾਤ ਨੂੰ ਕਰਦਾਂਗੀ। ਤੇ ਉਹ ਨਾ ਨਵੀਂ ਸਵੀਂ ਜਿਹੜੀ ਆਈ ਹੈ ਨਾ ਕੱਲ ਦੀ, ਐਡੀ ਉੱਚੀ ਉੱਚੀ ਗੱਲਾਂ ਕਰਨ ਡੀ ਹੈ ਨਾ, ਇੱਥੋਂ ਤੱਕ ਉਹਦੀ ਆਵਾਜ਼ ਸੁਣ ਲਈ ਹੈ, ਕਿੱਦਾਂ ਰੌਲਾ ਪਿਆ ਉਹਨਾਂ ਦੇ ਘਰ। ਅਤੇ ਉਹਨੇ ਰੌਲਾ ਤਾਂ ਉਹਨੇ ਪਾਉਣਾ ਹੀ, ਜੇ ਐਡਾ ਰੌਲਾ ਨਾ ਪਾਏ, ਐਡੀ ਆਮ ਮਾਰੀ ਨਾ ਹੋਏ, ਤਾਂ ਨਿਕਲ ਕੇ ਕਾਹਨੂੰ ਆਉਂਦੀ? ਮੈਂ ਤਾਂ ਕੰਨਾਂ ਨੂੰ ਹੱਥ ਲਾਉਣ ਡੀ ਹਾਂ ਬਾਬਾ, ਇੰਨੀ ਜ਼ਿਆਦਾ ਬੋਲਦੀ ਹੈ ਨਾ, ਕਿਤੇ ਚਾਚੀ ਦੀ ਆਵਾਜ਼ ਹੀ ਨਹੀਂ ਸੁਣਦੀ, ਨਿਰੀ ਉਹਦੀ ਆਵਾਜ਼ ਸੁਣੀ ਜਾਣ ਡੀ ਹੈ। ਚਾਚੀ ਨੂੰ ਕੀ ਸੁਣਨਾ, ਜੇ ਗਾਂ ਗਾਂ ਵੇਖੀ ਕਰਦੀ ਕੀ ਆ, ਜਿੱਡੀ ਇਹ ਚਾਤਰ ਆਈ ਹੈ ਨਾ, ਇਸੇ ਮਾਰੇ ਤੋਂ ਨਿਕਲ ਕੇ ਆਈ ਹੈ, ਆਮ ਮਾਰੀ ਤੋਂ ਹੈਗੀ ਹੈ। ਤੇ ਮੈਂ ਤੇ ਕਿੰਨੀ ਵਾਰੀ ਉਹਦੀ ਆਵਾਜ਼ ਸੁਣੀ ਆ, ਉਹਦੀ ਆਵਾਜ਼ ਤੇ ਬੰਦ ਹੀ ਨਹੀਂ ਹੋਣ ਡੀ, ਉਹਦੀ ਨਹੀਂ ਨਾ ਵਿੱਕੀ ਦੀ ਆਉਂਦੀ ਨਾ ਚਾਚੀ ਦੀ ਆਵਾਜ਼ ਆਉਂਦੀ, ਬਸ ਉਹਨਾਂ ਦੋਵਾਂ ਦੀ। ਮੈਂ ਸਬਜ਼ੀ ਗੋਡਨ ਚੱਲਿਆ, ਜਾ ਗੋਡਿਆ, ਉਹਦੀ ਇਕੱਲੀ ਦੀ ਆਈ ਜਾਂਦੀ ਆਵਾਜ਼, ਤੇ ਉਹਦੀ ਆਉਣੀ ਵਰਕ ਦੀ ਆਉਣੀ ਹੈ, ਅਜੇ ਵੇਖੀ ਸਹੀ ਹੋ ਰਹਾ। ਕਮਾਲ ਹੀ ਹੋ ਗਈ ਆ ਵੀ ਤੁਹਾਡੇ ਵਾਲੀ, ਕਮਾਲ ਹੀ ਹੋ ਗਈ ਆ ਉਦਾਂ, ਹੈਂ ਸਾਰੀ ਮੈਂ ਸਬਜ਼ੀ ਗੋਡ ਆਇਆ, ਕਿਸੇ ਨੇ ਇਹ ਨਹੀਂ ਮਗਰੋਂ ਕੀਤਾ ਵੀ ਜਾ ਕੇ ਤੇ ਇਹਨੂੰ ਪਾਣੀ ਦਾ ਘੋਟੀ ਪੁੱਛ ਲਈਏ। ਨਹੀਂ ਤੂੰ ਵਾਹਵਾ ਮੈਂ ਲਿਖ ਗਿਆ ਹੈ, ਇੱਥੇ ਤਾਂ ਤੂੰ ਸਬਜ਼ੀ ਗੋਡਣ ਡਿਆ, ਤੇ ਆਣ ਕੇ ਤਾਂ ਪਾਣੀ ਪੀ ਲੈਂਦੋ। ਤੇ ਮੈਂ ਵੀ ਮਸ਼ੀਨ ਡਾਈ ਹੈ, ਮੈਂ ਵੀ ਤਾਂ ਕੰਮ ਹੀ ਕਰਦੀ, ਮੈਂ ਕਿਹੜੀ ਵਿਹਲੀ ਹਾਂ। ਤੂੰ ਨਾ ਪੁੱਤੀ ਚਲਾਕ ਨਾ ਪਾਣ, ਮੈਨੂੰ ਇਹ ਦੱਸੋ ਵੀ ਦੋਵੇਂ ਮਾਵਾਂ ਦੀਆਂ ਉਦੋਂ ਦੀਆਂ ਇੱਥੇ ਬੈਠੀਆਂ ਜੇ ਨਾ, ਜਦੋਂ ਦਾ ਮੈਂ ਇੱਥੋਂ ਗਿਆ ਹਾਂ ਸਬਜ਼ੀ ਗੋਡਣ, ਉਹ ਤੋਂ ਪਹਿਲਾਂ ਦੀਆਂ ਬੈਠੀਆਂ ਜੇ ਦੋਵੇਂ ਜਾਣੀਆਂ। ਤੇ ਫੇਰ ਹੁਣ ਬੈਠੀਆਂ, ਨਹੀਂ ਕੋਈ ਕੰਮ ਕਰ ਨਹੀਂ ਹੈਗਾ, ਮੈਂ ਕੰਮ ਹੀ ਕਰਨ ਦੀ ਆ, ਕਦੋਂ ਦੀ ਬੈਠੀ ਐ ਤੇ ਮਸ਼ੀਨ ਦਾ ਕੇ, ਤੇ ਆ ਵੇਖਾ ਸੂਟ ਸਾਰਾ ਸੀ ਲਿਆ, ਬਾਵਾ ਰਹਿ ਗਈਆਂ ਇਕੱਲੀਆਂ ਜੋੜਨ ਵਾਲੀਆਂ। ਕੰਮ ਨਹੀਂ ਕਰਨ ਦੀ ਤੂੰ ਇੱਥੇ, ਮੈਨੂੰ ਪਤਾ ਤੂੰ ਜੋ ਇੱਥੇ ਕਰਨ ਡਈ ਆ, ਕੰਨ ਰਸ ਡਈ ਆ ਲੈਣ ਗੁਆਂਢ ਦਾ, ਤਮਾਸ਼ਾ ਵੇਖਣ ਡਈ ਆ ਤੂੰ ਅਗਲੇ ਦੇ ਘਰ ਦਾ।
ਲੈ ਵੀਰ ਜੇ ਕੋਈ ਤਮਾਸ਼ਾ ਲਾਉਂਦਾ ਹੈ ਤਾਂ ਫਿਰ ਸਾਨੂੰ ਵੇਖਣ 'ਚ ਕੀ ਹਰਜਾ, ਨਾਲ ਆਪਣੇ ਘਰ ਬੈਠੇ ਅਸੀਂ ਕਿਹੜਾ ਉਹਨਾਂ ਦੇ ਘਰ ਜਾ ਕੱਢਿਆ ਉਹਨਾਂ ਦਾ ਤਮਾਸ਼ਾ ਵੇਖਣ। ਕੋਈ ਨਹੀਂ ਜਿੱਤ ਸਕਦਾ ਤੁਹਾਡੇ ਨਾਲ। ਨਾ ਜਦੋਂ ਕਿਉਂ ਜਿੱਤਦੇ, ਤੁਸੀਂ ਜਾਓ ਆਪਣਾ ਕੰਮ ਕਰੋ ਜਾ ਕੇ। ਮਾਰ ਕੇ ਕਈ ਜੀ ਕਾ ਤਾਂ ਸਿਰ ਲਾ ਕੇ ਰੱਖਦਾ ਇਹਦਾ। ਅੱਛਾ ਕਰ ਲਈ ਫਿਰ ਵਿਆਹ ਆਪਣਾ, ਜਿਹੜਾ ਕੰਮ ਕੁੰਮ ਕਰਨਾ ਨਾ ਆਪੇ ਹੀ ਕਰ ਲਈ ਚੰਗਾ, ਨਾਲੇ ਕੰਮ ਕਰਾਂ ਇੰਨਾ ਮੈਂ ਤਾਂ, ਨਾਲ ਵੇਖ ਗੱਲਾਂ ਕਰਦਾ ਮੈਨੂੰ। ਚੱਲ ਨਹੀਂ ਚੁੱਪ ਕਰ, ਉਹਦਾ ਸੁਭਾਅ ਹੀ ਇੱਦਾਂ ਦਾ, ਸੁਭਾਅ ਖਰੇ ਕਿੱਦਾਂ ਬਦਲਣਾ ਵਾ। ਉਹ ਚੁਗਲੀਆਂ ਨੂੰ ਛੱਡੋ ਤੇ ਮੇਰੀ ਗੱਲ ਸੁਣੋ। ਦੱਸ ਕੀ ਆਨਾ, ਤੂੰ ਦੱਸ ਦੇ। ਇੱਦਾਂ ਵਾ, ਮੰਮੀ ਘਰ ਤਾਂ ਸਾਡੇ ਕੋਲ ਨਹੀਂ ਬਣਿਆ, ਕੋਸ਼ਿਸ਼ ਕੀਤੀ ਸੀ ਅਤੇ ਸੋਚਿਆ ਤਾਂ ਇਹੋ ਸੀ ਚਲੋ ਪਹਿਲਾਂ ਘਰ ਬਣ ਜੂਗਾ ਅਤੇ ਫਿਰ ਹੀ ਆਪਾਂ ਕਿਸੇ ਵਿਆਹ ਵਾਲੇ ਪਾਸੇ ਹੋਵਾਂਗੇ। ਅਤੇ ਇੱਦਾਂ ਵਾ ਵੀ ਅਸੀਂ ਹੁਣ ਨਾ ਘਰ ਨੂੰ ਫਿਰ ਰੰਗ ਕਰਵਾ ਲਈਏ, ਕਲੀ ਕਰਵਾ ਲਈਏ, ਨਹੀਂ ਤਾਂ ਉੱਦਾਂ ਬਹੁਤਾ ਜ਼ਿਆਦਾ ਹੀ ਹੈ ਨਾ। ਵਧੀਆ ਕਰਵਾ ਲੈਂਦੇ ਹਾਂ, ਇਹੋ ਸਾਡੀ ਵੇਖੀ ਕੋਠੀ ਬਣ ਜਾਣੀ ਕਿੱਡੀ ਸੋਹਣੀ। ਹੋਰ ਰੰਗ ਰੁੰਗ ਲੱਗ ਗਿਆ ਨਾ? ਘਰ ਤਾਂ ਬੜਾ ਵਧੀਆ ਬਣਿਆ ਵੀਰ, ਤੂੰ ਤਾਂ ਜਾਣ ਕੇ ਕਹੀ ਜਾਂਦਾ, ਬਸ ਰੰਗ ਹੋ ਗਿਆ ਤਾਂ ਸਭ ਕੁਝ ਵਧੀਆ ਹੋ ਜਾਣਾ ਹੈ ਨਾ। ਇਹ ਤਾਂ ਐਵੇਂ ਜਾਣ ਕੇ ਘਰ ਦਾ। ਚੱਲ ਰੀਝ ਤੇ ਆਉਂਦੀ ਆ ਨਾ, ਅਸੀਂ ਕੋਠੀ ਕਾਠੀ ਬਣਾਈਏ। ਕੋਈ ਨੀ, ਆਪੇ ਕੋਠੀਆਂ ਵੀ ਬਣ ਜਾਣੀਆਂ, ਤੂੰ ਕਿਹੜੇ ਕੋਠੀ ਤੋਂ ਘੱਟ ਹੈ ਤੇਰੀ, ਵੇਖੀਏ ਜਦੋਂ ਸਾਰੇ ਚਾਰ ਚੁਰੇ ਪੇਂਟ ਹੋਇਆ ਕੋਠੀਆਂ ਨੂੰ ਪਰਾਂ ਕਰਨਾ। ਨਾਲੇ ਭਾਬੀ ਆ ਜਾਏਗੀ ਨਾ ਤੇ ਬਾਅਦ 'ਚ ਫਿਰ ਕੰਮ ਰਲ ਮਿਲ ਕੇ ਕਰ ਲਾਂਗੇ, ਉੱਦਾਂ ਤੇਰਾ ਇਰਾਦਾ ਮੈਂ ਇਕੱਲੀ ਕੰਮ ਕਰ ਕਰਕੇ ਤੇ ਫਿਰ ਆਪਣੀ ਮਰਜ਼ੀ ਦੀ ਪਵਾਲੇਗੀ। ਚੱਲ ਠੀਕ ਹੈ ਫਿਰ ਮੈਂ ਕੱਲ੍ਹ ਨੂੰ ਜਾਂਦਾ ਵਾਂ ਹੈਂ, ਅਤੇ ਪੁੱਛਦਾ ਵਾਂ ਕਿਸੇ ਰੰਗ ਕਰਨ ਵਾਲੇ ਨੂੰ ਵੀ ਕੀ ਹਿਸਾਬ ਕਿਤਾਬ ਆ, ਹੈ ਨਾ, ਘਰ ਲਿਆ ਕੇ ਵਿਖਾਲਦਾ ਉਹਨੂੰ ਕਿ ਦੱਸ ਦੇ ਮਿੱਤਰਾ ਜੋ ਵੀ ਫਿਰ ਉਹਨੇ ਲੈਣਾ ਵਾ ਪੈਸੇ ਪੂਸੇ ਦੀ ਕਰਕੇ ਗੱਲਬਾਤ ਤੇ ਨੋਰਮਲ ਦੇ ਕੰਮ ਆ। ਤੇ ਅੱਛਾ ਇੱਦਾਂ ਕਰ ਦੱਸੋ ਮੈਨੂੰ ਵੀ ਬਾਹਰ ਬਾਹਰ ਹੀ ਕਰਾਉਣਾ ਵਾ ਕਿ ਅੰਦਰਾਂ 'ਚ ਵੀ ਕਰਵਾਈਏ? ਨਹੀਂ ਫਿਰ ਅੰਦਰਾਂ 'ਚ ਵੀ ਕਰਵਾ ਲਾਂਗੇ ਸਾਰੇ ਕਰਾ ਲਈਏ ਫਿਰ। ਲੱਗਦਾ ਥਾ ਨਾ ਖਲਾਰਾ ਤਾਂ ਪੈਣਾ ਹੀ ਆ, ਤੇ ਫਿਰ ਇੱਕੋ ਵਾਰੀ ਕਰਾ ਲਈਏ ਅੰਦਰਾਂ 'ਚ, ਕਿੰਨਾ ਚਿਰ ਹੋ ਗਿਆ ਅੱਗੇ ਕੀਤਿਆਂ ਨੂੰ। ਚਲੋ ਫਿਰ ਇੱਦਾਂ ਹੀ ਕਰ ਲੈਂਦੇ। ਨਹੀਂ ਨਹੀਂ ਸਾਰੇ ਕਰਵਾ ਲਓ ਹੁਣ। ਤੇ ਕਲੀ ਕਰਾਉਣੀ ਕਿ ਰੰਗ? ਪੱਕਾ ਪੇਂਟ ਕਰਾਈਏ ਜਿਹੜਾ ਲੱਥੇ ਨਾ, ਕਲੀ ਤੇ ਫਿਰ ਉਹ ਹੁੰਦੀ ਆ ਝੜ ਜਾਂਦੀ ਆ ਨਾ ਹਨਾ, ਕੱਪੜਿਆਂ ਦਾ ਨਾਲ ਲੱਗੇ ਤੇ ਕਲਰ ਜਿਹਾ ਲੱਗ ਜਾਂਦਾ ਵੀ, ਹੱਥ ਲਾਏ ਵੀ ਝੜ ਜਾਂਦੀ ਕਲੀ, ਪੇਂਟ ਵਧੀਆ ਹੁੰਦਾ। ਚਲੋ ਠੀਕ ਆ ਫਿਰ ਕਰ ਦਈਏ ਫਿਰ ਖਰਚਾ ਕੀ, ਹੋਰ ਕਰਦੇ ਤਗੜਾ ਹੋ ਗਏ ਭਾਬੀ ਦੇ ਹੁੰਦਿਆਂ ਨੂੰ ਘਰ ਚਮਕਾ ਦਈਏ ਚੰਗੀ ਤਰ੍ਹਾਂ। ਮੁੜ ਕੇ ਉਹਨੂੰ ਕਿਹਾ ਕਰਾਂਗੇ ਵੀ ਸਫਾਈ ਕਰ ਹੁਣ ਘਰ ਦੀ। ਨਹੀਂ ਨਹੀਂ ਰਲ ਕੇ ਕਰਿਆ ਕਰਾਂਗੇ, ਹੁਣ ਕੱਲੀ ਵਿਚਾਰੀ ਨੂੰ ਥੋੜੀ ਡਾਉਣਾ, ਮੈਂ ਮਹੀਨਾ ਇੱਕ ਨਾ ਉਹਨੂੰ ਮੰਜੀ ਤੋਂ ਨਹੀਂ ਉੱਤਰਨ ਦੇਣਾ, ਮਹੀਨਾ ਪੂਰਾ ਰੈਸਟ ਕਰਾਉਣੀ ਆ ਫਿਰ ਚੌਂਕੇ ਚਾੜਨਾ ਵਾ, ਪੂਰੀਆਂ ਰੀਝਾਂ ਕਰਨੀਆਂ। ਚਲੋ ਠੀਕ ਆ ਜੀ, ਮੁੜ ਕੇ ਉਹਨੇ ਆਪੇ ਹੀ ਕਰਿਆ ਕਰਨਾ ਜਦੋਂ ਦੇ ਅਸੀਂ ਕਰਤਾ। ਚਲੋ ਠੀਕ ਆ ਫਿਰ ਮੈਂ ਫਿਰ ਪੱਠੇ ਪਾਦਾ ਹੁਣ। ਹਾਂ ਪਾ ਲੈ। ਉਹ ਕਿੱਦਾਂ ਵਿੱਕੀ, ਕੀ ਹਾਲ ਨੇ? ਵਧੀਆ ਵਧੀਆ ਰਿੰਕੂ ਪਾ, ਹੋਰ? ਹੋਰ ਠੀਕ ਠਾਕ, ਬਸ ਵਧੀਆ। ਉਹ ਮੈਂ ਘਰ ਗਿਆ ਹਾਂ। ਅੱਛਾ, ਉਹ ਪੈਸੇ ਹੀ ਠੇਕੇ ਦੇ ਭਾਈ ਨੇ ਘਲੇ ਤੇ ਮੈਂ ਫੜਾਈਏ, ਘਰ ਟੱਕਰੇ ਨਹੀਂ ਤੁਸੀਂ, ਹੁਣ ਚਾਚੀ ਨੂੰ ਫੜਾਇਆ ਜੇ? ਦੇਤਾ ਸਾਰਾ ਹੀ? ਹਾਂਜੀ ਹਾਂਜੀ ਦੇਤਾ, ਚੇਤਾ ਰੱਖਿਓ ਹੁਣ। ਕੋਈ ਗੱਲ ਨਹੀਂ, ਉਹ ਮਾਤਾ ਨੇ ਲਿਖ ਲੈਣੇ ਆ, ਨਹੀਂ ਤਾਂ ਮੈਂ ਕੋਈ ਨਹੀਂ ਲਿਖ ਲੂੰਗਾ। ਹਾਂ ਹਾਂ ਲਿਖ ਲਿਓ, ਲਿਖ ਲਓ। ਚਲੋ ਠੀਕ ਆ ਫਿਰ। ਹੋਰ ਬਸ ਵਧੀਆ ਵਧੀਆ, ਕੀ ਕਾਰੋਬਾਰ ਚੱਲਣ ਡਿਆ? ਬਸ ਸਰੋਂ ਹੀ ਕੱਢ ਕੇ ਆਏ, ਸਰੋਂ ਕੱਟ ਕੁੱਤਣ ਵਾਲੀ ਸੀ। ਅੱਛਾ ਅੱਛਾ, ਹਾਂਜੀ ਚਲੋ ਠੀਕ ਆ ਫਿਰ। ਠੀਕ ਆ ਜੀ। ਕੀ ਬਣ ਡਿਆ? ਚਾਹ ਬਣਾਉਣ ਡਈ ਆ। ਚਾਹ ਬਣਾਉਣ ਡਈ? ਚੱਲ ਬਣਾ ਬਣਾ ਪੀਏ ਕੁੱਟ, ਮੇਰਾ ਜੀ ਕਰਨ ਡਿਆ। ਤੇ ਚਾਹ ਤੇ ਮੈਂ ਬਣਾ ਦਿੰਨੀ ਆ ਵਿੱਕੀ, ਜਿੱਦਣ ਦੀ ਮੈਂ ਵਿਆਹ ਹੀ ਆਈ ਆ ਨਾ, ਉਹੀ ਮੇਰੇ ਇੱਕ ਸੂਟ ਆ ਤੇ ਜਾਂ ਤੁਹਾਡੀ ਭੈਣ ਦਾ, ਤੇ ਮੈਨੂੰ ਸਹੀ ਜਿਹਾ ਨਹੀਂ ਲੱਗਦਾ ਆਹ ਸੂਟ ਪਾਉਣੇ, ਤੇ ਮੈਨੂੰ ਨਵੇਂ ਸੂਟ ਬਣਾ ਕੇ ਦਿਓ ਵੀ। ਕੋਈ ਨਹੀਂ ਬਣਾ ਲੈਂਦੇ, ਬਣਾ ਲੈਂਦੇ, ਬਣਾ ਕੇ ਦਿਓ ਵਧੀਆ ਵਧੀਆ ਸੂਟ। ਠੀਕ ਆ ਕੋਈ ਨਹੀਂ ਬਣਾ ਲੈਂਦਾ, ਤੂੰ ਚਾਹ ਬਣਾ। ਕਿਦੋਂ ਕਦੋਂ ਤੱਕ ਜਾਣਾ ਮੈਨੂੰ ਦੱਸ ਦਿਓ ਫਿਰ। ਉਹ ਕੋਈ ਨਹੀਂ ਦੱਸ ਦਿੰਦਾ ਵਾ, ਚਾਹ ਤਾਂ ਪਿਆਲ ਘੁੱਟ। ਉਹ ਸੱਚ ਮੰਮੀ ਕਿੱਥੇ ਆ? ਮੰਮੀ
ਮੈਨੂੰ ਪਤਾ ਨਹੀਂ ਕਿੱਥੇ ਆ, ਮੈਨੂੰ ਲੱਗਦਾ ਕਿਸੇ ਦੇ ਘਰ ਗਏ ਆ। ਹੋਰ ਚਾਹ ਬਣ ਗਈ ਕਿ? ਚੱਲ ਇੱਦਾਂ ਕਰ, ਚਾਹ ਪੀ ਕੇ ਤਿਆਰ ਹੋ ਜਾ, ਚੱਲੀਏ ਫਿਰ। ਹੁਣੇ? ਆਹੋ ਤੇ ਹੁਣੇ ਚੱਲਦੇ ਹਾਂ, ਜਦੋਂ ਲਿਆਉਣੀ ਆ ਤਾਂ ਫਿਰ ਲੈ ਆਉਂਦੇ ਹਾਂ। ਹੈਂ ਚਲੋ ਠੀਕ ਆ, ਮੈਂ ਹੁਣੇ ਹੋ ਜਾਂਦੀ ਤਿਆਰ, ਚਾਹ ਪੀ ਲਈਏ ਪਹਿਲਾਂ। ਆਹੋ ਚਾਬੀ ਰੱਖ ਜਾਂਗੇ, ਮੰਮੀ ਨੂੰ ਪਤਾ ਹੀ ਹੁੰਦਾ ਵਾ ਚਾਬੀ ਕਿੱਥੇ ਪਈ ਹੈ ਘਰ ਦੀ। ਤੇ ਨਹੀਂ ਮੰਮੀ ਨੂੰ ਉਡੀਕ ਲੈਂਦੇ ਹਾਂ ਕਿ? ਯਾਰ ਐਵੇਂ ਲੇਟ ਹੋ ਜਾਂਗੇ ਫਿਰ, ਉੱਥੇ ਤੈਨੂੰ ਪਤਾ ਬਾਜ਼ਾਰ ਗਿਆ ਦਾ ਟਾਈਮ ਲੱਗ ਹੀ ਜਾਂਦਾ ਆ। ਮੈਂ ਕਿਹਾ ਟੈਨਸ਼ਨ ਨਾ ਲੈ ਮੰਮੀ ਦੀ। ਚਲੋ ਠੀਕ ਆ ਫਿਰ, ਚੱਲ ਚੱਲ ਆਪਾਂ ਚੱਲੀਏ ਚਾਹ ਪੀ ਕੇ। ਠੀਕ ਆ, ਚੰਗਾ। ਦੀਦੀ ਮੈਨੂੰ ਨਾ ਸੂਟ ਦਿਖਾਏ ਵਧੀਆ ਵਧੀਆ ਵਾਲੇ, ਕੋਟਨ। ਹਾਂਜੀ ਇਹ ਵੀ ਸੂਟ ਬਹੁਤ ਸੋਹਣਾ ਹੈਗਾ, ਲੁੱਕ ਬਹੁਤ ਪਿਆਰੀ ਇਹਦੀ। ਪ੍ਰਿੰਟਡ ਸਲਵਾਰ ਹੈ ਨਾਲ ਪਿਓਰ ਦਾ ਦੁਪੱਟਾ, ਦੁਪੱਟਾ ਬਹੁਤ ਸੋਹਣਾ ਬਣਿਆ ਦੀਦੀ। ਹਾਂਜੀ ਮੈਨੂੰ ਉਹ ਮਹਿਰੂਨ ਕਲਰ ਦਾ ਸੂਟ ਦਿਖਾਇਓ। ਹਾਂਜੀ ਹਾਂਜੀ।
ਇਹ ਕੰਟਰਾਸਟ ਆਏਗਾ ਗ੍ਰੇ ਸਕੋਟਨ। ਇਹਦਾ ਕੀ ਪ੍ਰਾਈਸ ਹੈ? ਇਹਦਾ ਪ੍ਰਾਈਸ ਇੱਕ ਇਹ ਲੁੱਕ ਆਈ, ਇਹ ਵੀ ਲੁੱਕ ਬਹੁਤ ਸੋਹਣੀ ਹੈ, ਮਤਲਬ ਕਿ 2500-2200 ਦੀ ਰੇਂਜ 'ਚ ਦਿਖਾਇਓ ਸੂਟ। ਹੈਵੀ ਲੁੱਕ 'ਚ? ਹਾਂਜੀ ਹਾਂਜੀ, ਹੈਵੀ 'ਚ ਵੀ ਮਿਲ ਜਾਣਗੇ। ਵੈਸੇ ਇਹ ਵੀ ਲੁੱਕ ਸੋਹਣੀ, ਇਹਦੇ ਨਾਲ ਵੀ ਪਿਓਰ ਦਾ ਦੁਪੱਟਾ ਆਇਆ ਹੈ। ਭਾਅ ਜੀ ਹੈਵੀ ਸੂਟ ਸੁੱਟਿਓ ਸਿੰਥੈਟਿਕ 'ਚ। ਇਹ ਦੀਦੀ ਹੈਵੀ 'ਚ ਆ ਗਿਆ, ਇਹਦਾ ਰੇਟ ਵੀ ਕੋਸਟਲੀ ਹੋਏਗਾ ਥੋੜ੍ਹਾ। ਠੀਕ ਹੈ, ਕੋਈ ਗੱਲ ਨਹੀਂ, ਦੇ ਪੀਸ ਨੇ, ਲੁੱਕ ਬਹੁਤ ਪਿਆਰੀ ਹੈ ਇਹਦੀ। ਇੱਕ ਇਹ ਚੀਜ਼ ਆਉਂਦੀ ਹੈਗੀ ਆ ਸਿਮਰ 'ਤੇ। ਅੱਛਾ, ਸਿਮਰ 'ਚ ਇਹ ਵੀ ਲੁੱਕ ਬਹੁਤ ਸੋਹਣੀ ਹੈ। ਹਾਏ, ਬਾਜੂ ਨਾਲ ਵਰਕ, ਬੋਟਮ ਵੀ ਵਰਕ ਆ, ਵੇਖੀ ਕਿੰਨਾ ਸੋਹਣਾ ਨਾ। ਆਹ ਲੈ ਲਾ ਦੁਪੱਟਾ, ਵੇਖਿਓ ਦੁਪੱਟੇ ਦੀ ਲੁੱਕ, ਵੇਖੋ ਇਹਦੀ। ਕਿੰਨਾ ਸੋਹਣਾ ਲੱਗਣਾ ਨਾ ਸ਼ੀਸ਼ੇ 'ਚ ਸੂਟ, ਲੁੱਕ ਸੋਹਣੀ ਲੱਗਦੀ ਪਈ ਹੈ। ਇੱਕ ਇਹ ਲੁੱਕ ਆਏਗੀ, ਰੂਨ ਕਲਰ ਦਾ ਦਿਖਾਇਓ, ਕਿਹੜਾ ਇਹ ਵਾਲਾ? ਹਾਂਜੀ, ਲਓ ਦੇ। ਸੂਟ ਮਨਾ ਘਰ ਲੈ ਗਏ ਅਤੇ ਮੰਮੀ ਨੇ ਤਾਂ ਸਿਆਪਾ ਪਾ ਲੈਣਾ, ਸੂਟ ਲਏ ਵੀ ਬੜੇ ਬੜੇ ਮਹਿੰਗੇ ਆ ਇਹਨੇ, ਕੋਈ ਨਾ ਕੋਈ ਸਕੀਮ ਲਾਉਣੀ ਪੈਣੀ ਆ। ਇੱਦਾਂ ਕਰਾਂ, ਜਾਂਦੇ ਜਾਂਦੇ ਸੀਨੇ ਦੇ ਜਾਈਏ, ਘਰ ਨਾ ਹੀ ਖੜੀਏ, ਇਹ ਨਾ ਹੋਵੇ ਮੰਮੀ ਗਲ ਪੈ ਜਾਏ ਜਾਂਦੇ ਹੀ, ਸੂਟ ਇਹਦੇ ਵਿੱਚ ਹੀ ਰਹਿ ਜਾਣੇ। ਫਿਰ ਇਹਨੇ ਫਿਰ ਮੇਰੀ ਜਾਨ ਨੂੰ ਰੋਈ ਜਾਣਾ, ਸੂਟ ਹੈ ਨਹੀਂ ਸੂਟ ਹੈ ਨਹੀਂ। ਆਪੇ ਜਦੋਂ ਸੀਪ ਕੇ ਆ ਜਾਣਗੇ ਫਿਰ ਵੇਖੀ ਜਾਊਗੀ ਜਿਹੜੀ ਹੋਊਗੀ। ਪ੍ਰੀਤ, ਹਾਂਜੀ, ਮੈਂ ਕਹਿਣ ਡਿਆ ਹੁਣ ਜਾਂਦੇ ਜਾਂਦੇ ਸੂਟ ਜਿਹੜੇ ਆ ਨਾ ਤੇਰੇ ਸੀਨੇ ਵੀ ਦੇ ਜਾਈਏ। ਜੇ ਆਪਾਂ ਜਾਂਦੇ ਜਾਂਦੇ ਸੂਟ ਸੀਨੇ ਦੇਤੇ ਨਾ ਤੇ ਮੰਮੀ ਨੂੰ ਨਹੀਂ ਵਿਖਾਏ ਜਾਣੇ ਵੀ, ਤੇ ਪਹਿਲਾਂ ਮੰਮੀ ਨੂੰ ਸੂਟ ਵਿਖਾ ਲਈਏ ਫਿਰ ਸੀਨੇ ਦੇ ਦਾਂਗੇ ਵੀ। ਓਏ, ਇੱਕ ਵਾਰੀ ਘਰ ਚਲ ਗਏ ਨਾ ਤਾਂ ਬਾਅਦ 'ਚ ਨਹੀਂ ਉਹ ਆਇਆ ਜਾਣਾ, ਫਿਰ ਤੂੰ ਕਹਿਣਾ ਵਾ ਵੀ ਜਾਂਦਾ ਨਹੀਂ ਜਾਂਦਾ ਨਹੀਂ। ਹੁਣ ਲੱਗਦੇ ਹੱਥ ਗਾ ਕੰਮ ਨਿਬੇੜ ਜਾਈਏ ਜਾਂਦੇ ਜਾਂਦੇ, ਮੰਮੀ ਨੇ ਆਪੇ ਵੇਖ ਲੈਣੇ ਆ, ਸੀਤੇ ਵੇਖ ਲੈਣਗੇ। ਚਲੋ ਠੀਕ ਆ, ਫਿਰ ਮੈਂ ਤਾਂ ਕਿਹਾ ਸੀ ਚੱਲ ਮੰਮੀ ਵੇਖ ਹੀ ਲੈਣਗੇ। ਤੇ ਆਖੀ ਜਾਂਦੀ ਮੰਮੀ ਨੂੰ ਸੂਟ ਵਿਖਾ ਲੈਣੇ ਆ, ਮੰਮੀ ਨੇ ਗਾੜੀ ਸੂਟ ਵੇਖ ਕੇ ਬਹੁਤ ਖੁਸ਼ ਹੋਣਾ ਵਾ, ਪਤਾ ਤਾਂ ਹੈਗਾ ਹੀ ਆ ਮਾਤਾ ਦਾ, ਗਾਲੀ ਪੈਣਾ ਉਹਨੇ ਵੇਖ ਕੇ। ਇੱਕ ਪਾਸੇ ਤੁਸੀਂ ਮੈਨੂੰ ਕਹੀ ਜਾਂਦੇ ਆ ਕਿ ਸੂਟ ਸੀਨੇ ਦੇਣੇ ਆ, ਦੂਜੇ ਪਾਸੇ ਅਸੀਂ ਘਰ ਵੀ ਪਹੁੰਚ ਚੱਲੇ ਆ। ਉਹ ਪਿੰਡ ਦੇ ਵਿੱਚ ਹੀ ਆ ਟੇਲਰ। ਅੱਛਾ, ਆਪਣੇ ਪਿੰਡ ਹੀ ਸੀਨੇ ਦੇਣੇ ਆ? ਬਹੁਤ ਵਧੀਆ ਕੱਪੜੇ ਸੀਂਦੀ ਆ। ਮੈਂ ਤਾਂ ਕਿਹਾ ਸ਼ਾਇਦ ਦੂਜੇ ਸ਼ਹਿਰ ਦੇਣੇ ਆ। ਲੈ ਦੱਸ, ਸ਼ਹਿਰ ਕਰਨ ਨੂੰ ਦੇਣੇ ਜਦੋਂ ਪਿੰਡ 'ਚ ਟੇਲਰ ਹੈਗੀ ਆ ਤੇ। ਠੀਕ ਆ, ਕਿਹੜਾ ਘਰ ਆ? ਆ ਜਾ।
ਚਾਚੀ ਜੀ ਕੱਪੜੇ ਲਿਆਂਦੇ ਸੀ ਪ੍ਰੀਤ ਨੇ ਤੇ ਕਹਿੰਦੀ ਸੀ ਸੀਨੇ ਦੇਣੇ ਆ ਮੈਂ ਚੱਲ ਕੋਈ ਗੱਲ ਨੀ ਚਾਚੀ ਨੂੰ ਦੇ ਜਾਂਦੇ ਆ ਅੱਛਾ ਆਜੋ ਫਿਰ ਪ੍ਰੀਤ ਤੁਹਾਡੇ ਮੇਚਾ ਚੱਲੀਏ ਨਾਲ ਚਾਚੀ ਜੀ ਮਤਲਬ ਕਿ ਆ ਸੂਟ ਬੜੇ ਮਹਿੰਗੇ ਆ ਅਤੇ ਬੜੇ ਸੋਹਣੇ ਆ ਤੁਸੀਂ ਇੱਦਾਂ ਕਰਿਓ ਕਿ ਇਹਨਾਂ 'ਤੇ ਲੈਸਾਂ ਵਾ ਨਾ ਐਨ ਵਧੀਆ ਮੈਚਿੰਗ ਕਰਕੇ ਲਾਇਓ ਜਿਹੜੀ ਲੈਸ ਤੁਸੀਂ ਸੂਟ 'ਤੇ ਲਾਉਣੀ ਹੈ ਨਾ ਉਹੀਓ ਚੁੰਨੀ 'ਚ ਲਾਇਓ ਅਤੇ ਚੁੰਨੀਆਂ ਦਾ ਐਨ ਟੋਰ ਨਿਕਲ ਜੇ ਮੇਰੀਆਂ ਦਾ ਹੈ ਪਰ ਮੈਂ ਲਾਈਨਿੰਗ ਤਾਂ ਤੂੰ ਲਿਆਂਦੀ ਨਹੀਂ ਲਾਈਨਿੰਗ ਨਹੀਂ ਮੈਂ ਲਿਆਂਦੀ ਇੱਕ ਤਾਂ ਮੈਨੂੰ ਨਾ ਚੇਤਾ ਭੁੱਲ ਗਿਆ ਤੁਸੀਂ ਇੱਦਾਂ ਕਰਿਓ ਕਿ ਲਾਈਨਿੰਗ ਆਪਣੇ ਕੋਲੋਂ ਹੀ ਲਾ ਦਿਓ ਅਤੇ ਅਸੀਂ ਤੁਹਾਨੂੰ ਉਹਦੇ ਪੈਸੇ ਦੇ ਦਾਂਗੇ ਠੀਕ ਹੈ ਲਾ ਦਾਂਗੀ ਮੈਂ ਹਾਂਜੀ ਅਤੇ ਨਾਪ ਹੈਗਾ ਲਿਆਂਦਾ ਨਹੀਂ ਮੇਚਾ ਤਾਂ ਨਹੀਂ ਮੈਂ ਲਿਆਂਦਾ ਤੁਸੀਂ ਇੱਦਾਂ ਕਰੋ ਮੇਰਾ ਖੁਦ ਦਾ ਮੇਚਾ ਲੈ ਲਓ ਠੀਕ ਹੈ ਹਾਂਜੀ ਜਿੰਨਾ ਕੁ ਤੂੰ ਦੱਸੀ ਜਾਣ ਦੀ ਇਸ ਹਿਸਾਬ ਨਾਲ ਵਾਹਵਾ ਪੈਸੇ ਲੱਗਣੇ ਫਿਰ ਪੈਸੇ ਤੇ ਫਿਰ ਲੱਗਣੇ ਹੀ ਆ ਆਏ ਹਾਏ ਇਹਨੇ ਬੜਾ ਥੈਲਾ ਭਰਿਆ ਵਾ ਇਹ ਕੀ ਚੁੱਕੀ ਆਉਂਦੀ ਆ ਬੈਠੋ ਪਾਣੀ ਲਿਆਵਾ ਬਸ ਕੀ ਪਾਣੀ ਆਹ ਕੀ ਇਹ ਤੁਹਾਡੀ ਨੂੰਹ ਦੇ ਸੂਟ ਜੇ ਨੂੰਹ ਦੇ ਸੂਟ ਆਹ ਥੋੜ੍ਹੇ ਦਿਨ ਹੋਇਆ ਜੀ ਮੈਨੂੰ ਸੀਪਣੇ ਦੇ ਕੇ ਆਈ ਸੀ ਮੈਨੂੰ ਤਾਂ ਹੋਰ ਸਵਾਈ ਬਹੁਤ ਪੈਣ ਡਈ ਸੀ ਅਤੇ ਕਹਿੰਦੀ ਜਲਦੀ ਸੀ ਦਿਓ ਥੋੜ੍ਹਾ ਜਿਹਾ ਅਤੇ ਮੈਂ ਛੇਤੀ ਛੇਤੀ 'ਚ ਕੱਢੇ ਉਹਦੇ ਸੂਟ ਮੇਰੀ ਨੂੰਹ ਨੇ ਸੂਟ ਦਿੱਤੇ ਤੁਹਾਡੀ ਨੂੰਹ ਦੇ ਸੂਟ ਹੀ ਤੁਹਾਨੂੰ ਪਤਾ ਹੀ ਓਹੋ ਮੇਰਾ ਸਰ ਜਣਾ ਚੇਤਾ ਹੀ ਇੱਦਾਂ ਦਾ ਆ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਆ ਇੱਕ ਦਿਨ ਗਏ ਸੀ ਕੱਪੜੇ ਲੈਣ ਤਾਂ ਕਹਿੰਦੇ ਅਸੀਂ ਸੀਨੇ ਵੀ ਦੇ ਆਉਣੇ ਆ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਸੀਤੇ ਸੂਟ ਸੀਤੇ ਠੀਕ ਆ ਮੈਂ ਵੇਖ ਲਾ ਹਾਏ ਕਿੰਨਾ ਸੋਹਣਾ ਸੀਤਾ ਆ ਅਤੇ ਉਹ ਕਿੰਨੀ ਬੜੀ ਸਮਾਈ 6000 ਰੁਪਈਆ 6000 ਰੁਪਈਆ ਮੰਮੀ 6000 ਰੁਪਈਆ ਦੇ ਦਿਓ ਇਹਨਾਂ ਨੂੰ
ਤੁਸੀਂ ਤਾਂ ਸੂਟ ਬੜੇ ਸੋਹਣੇ ਸੀਤੇ ਆ ਅਤੇ ਮੈਂ ਹੁਣ ਤੁਹਾਡੇ ਕੋਲ ਸਵਾਇਆ ਕਰਨੇ ਸਾਰੇ ਸੂਟ ਆਪਣੇ। ਨਹੀਂ ਉਹਦੇ ਸਾਹਮਣੇ ਤੂੰ ਬੜੀ ਛੇਤੀ ਮੈਨੂੰ ਆਰਡਰ ਮਾਰਿਆ ਵੀ ਮੰਮੀ 6000 ਲਿਆ ਦੇ ਤੇ ਜਦੋਂ ਖਰੀਦਣ ਗਈ ਹਾਂ ਸੀਨੇ ਦਿੱਤੇ ਸੀ ਉਦੋਂ ਤਾਂ ਮੈਨੂੰ ਪੁੱਛਿਆ ਨਹੀਂ ਤੇ ਅੱਜ ਜਿੱਦਾਂ ਸੀਨੇ ਦਿੱਤੇ ਉਹ ਦਾਦ ਕੋ ਜਾ ਕੇ ਲੈ ਵੀ ਆਉਂਦੀਆਂ ਹੁਣ ਕਹ ਮੈਨੂੰ 6000 ਦਾ ਆਰਡਰ ਮਾਰ ਦਿੱਤਾ ਤੇ ਮੰਮੀ ਵਿੱਕੀ ਨੇ ਕਿਹਾ ਸੀ ਕਿ ਉੱਥੇ ਸੀਨੇ ਦੇ ਦੇਈਏ ਮੈਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਸੀ ਪਤਾ ਨਹੀਂ ਤੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਤੂੰ ਤਾਂ ਭੋਲੀ ਬੜੀ ਆ 4-5 ਦਿਨ ਹੋ ਗਏ ਸੂਟ ਸੀਨੇ ਦਿੱਤੇ ਨੂੰ ਉਦਣ ਦੀ ਤਾਂ ਤੂੰ ਗੁੰਗੀ ਹੋਈ ਆ ਉਦਣ ਦੀ ਤਾਂ ਕਿਤੇ ਮੂੰਹੋਂ ਕੋਈ ਨਹੀਂ ਗੀ ਵੀ ਮੈਂ ਸੂਟ ਸੀਨੇ ਦਿੱਤੇ ਆ ਅਗਲੀ ਆ ਕੇ ਕਹਿੰਦੀ ਆਹ ਤੇਰੀ ਨੂੰਹ ਦੇ ਸੂਟ ਆ ਮੈਂ ਤਾਂ ਹੈਰਾਨ ਹੀ ਰਹਿ ਗਈ ਮੇਰੀ ਨੂੰਹ ਦੇ ਸੂਟ ਜਦੋਂ ਮੈਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਤਾਂ ਮੈਂ ਜਵਾਬ ਅਗਲੀ ਨੂੰ ਕੀ ਦੇਂਦੀ ਮੈਂ ਤਾਂ ਹੋ ਗਈ ਨਾ ਸ਼ਰਮਿੰਦੀ ਤੇਰਾ ਤਾਂ ਉਹ ਕੰਮ ਹੀ ਹੋ ਵੀ ਜਿੱਦਾਂ ਆਈ ਤਾਂ ਉੱਦਾਂ ਆਪ ਮਹਾਰੀ ਹੋ ਕੇ ਤਾਂ ਤੁਰੀ ਫਿਰਨ ਡਈ ਆ ਬੇਇੱਜ਼ਤੀ ਤਾਂ ਤੂੰ ਮੇਰੀ ਅੱਗੇ ਬੜੀ ਪਿੰਡ 'ਚ ਕਰਾਈ ਆ ਤਾਂ ਰਹਿੰਦੀ ਖਾਂਦੀ ਹੁਣ ਕਸਰ ਕੱਢੀ ਜਾਣ ਡਏ ਜੇ ਤੂੰ ਤਾਂ ਗਿੱਜੀ ਆ ਚੋਰੀਆਂ ਰੱਖਣ ਤੇ ਆਉਂਦੀ ਡੈ ਪਈ ਇਹੋ ਜਿਹਾ ਕੰਮ ਕਰਨ ਉਹ ਜਾ ਉਹ ਜਿਹੜਾ ਤੇਰੇ ਨਾਲ ਰਲਿਆ ਵਾ ਨਹੀਂ ਕੀ ਮੇਰੇ ਵੱਲ ਡੇਲੇ ਪਾੜ ਪਾੜ ਵੇਖੀ ਜਾਂਦੀ ਆ ਨਹੀਂ ਕਦੋਂ ਦੇ ਤੁਸੀਂ ਬੋਲੀ ਜਾਣ ਡੇ ਜੇ ਮੈਂ ਇੱਕ ਵਾਰੀ ਨਹੀਂ ਤੁਹਾਨੂੰ ਜਵਾਬ ਦਿੱਤਾ ਕੀ ਮੈਂ ਚੋਰੀ ਰੱਖ ਲਈ ਆ ਸੂਟ ਹੀ ਸਵਾਲੇ ਆ ਜਿੱਦਣ ਦੀ ਮੈਂ ਵਿਆਹ ਹੀ ਆਈ ਆ ਉਦਣ ਹੀ ਤੁਹਾਡੀ ਕੁੜੀ ਦੇ ਸੂਟ ਪਾ ਕੇ ਮੈਂ ਗੁਜ਼ਾਰਾ ਕਰਨ ਡਈ ਆ ਆਹ ਸੂਟ ਕੀ ਮੈਂ ਲੈਣ ਤੇ ਤੁਸੀਂ ਤੇ ਉਦਾਂ ਹੀ ਸੜ ਗਏ ਜੇ ਹੈ ਨਹੀਂ ਤੈਨੂੰ ਆਪਣੀਆਂ ਕਰਤੂਤਾਂ ਦਾ ਨਹੀਂ ਪਤਾ ਵੀ ਮੈਂ ਕਿਹੜੀਆਂ ਕਰਕੇ ਆਈ ਆ ਆਉਂਦੀਆਂ ਇੱਜ਼ਤ ਨਾਲ ਚੱਜ ਸਵਾਦ ਨਾਲ ਤੇ ਤੈਨੂੰ ਮੈਂ 4-4, 5-5 ਹਜ਼ਾਰ ਵਾਲੇ ਸੂਟ ਬਣਾ ਕੇ ਦਿੰਦੀ ਹੁਣ ਤਾਂ ਮੈਂ ਤੇਰਾ ਮੱਥਾ ਇੱਦਾਂ ਹੀ ਡੰਮਣਾ ਹੀ ਹੋ ਜਿੱਦਾਂ ਦੇ ਤੂੰ ਕੰਮ ਕੀਤੇ ਆ ਨਹੀਂ ਮੈਂ ਇੱਦਾਂ ਦੇ ਕੰਮ ਕੀਤੇ ਆ ਉਹ ਸ਼ੁਕਰ ਮਨਾਓ ਤੁਹਾਡੇ ਮੁੰਡੇ ਨੂੰ ਮੈਂ ਬਚਾ ਦਿੱਤਾ ਮਰ ਚਲਾ ਸੀ ਜ਼ਹਿਰ ਖਾ ਕੇ ਇਹ ਆਂਦਾ ਤੇਰੇ ਨਾਲ ਵਿਆਹ ਕਰਾਉਣਾ ਜੇ ਤੂੰ ਮੇਰੇ ਨਾਲ ਨਾ ਵਿਆਹ ਕਰਾਇਆ ਤੇ ਮੈਂ ਤੇ ਇੱਥੇ ਮਰ ਜਾਣਾ ਇਹ ਨਹੀਂ ਸ਼ੁਕਰ ਤੂੰ ਮਨਾਉਂਦੀ ਹੈਗੀ ਵੀ ਹੈ ਨਹੀਂ ਤਾਂ ਮਗਰ ਵੀ ਤੂੰ ਹੀ ਉਹਨੂੰ ਆਪਣੇ ਲਾਇਆ ਸੀ ਤਾਂ ਹੀ ਉਹਨੇ ਮਰਨਾ ਸੀ ਤੇਰੀਆਂ ਕਰਤੂਤਾਂ ਨੂੰ ਉਹ ਸਾਰੇ ਕੰਮ ਕਰਦਾ ਸੀ ਮੈਂ ਕਿਸੇ ਨੂੰ ਮਗਰ ਮੁਗਰ ਨਹੀਂ ਲਾਇਆ ਹੈਗਾ ਵੀ ਮੈਂ ਇੱਡੀ ਸ਼ਟੈਨ ਨਹੀਂ ਸੀ ਹੈਗੀ ਆਪਣੇ ਘਰ ਦੇ ਵਿੱਚ ਵਧੀਆ ਵਸਣ ਦੱਸਣ ਡਈ ਸੀ ਕੀ ਵਸਣ ਦੱਸਣ ਡਈ ਹਾਂ ਤਾਂ ਹੀ ਪੇਕਿਆਂ ਨੂੰ ਪੁੱਛ ਕੇ ਆਈ ਹਾਂ ਉਹਨਾਂ ਨਾਲ ਸਲਾਹ ਕਰਕੇ ਆਈ ਆ ਬੜੇ ਸੋਹਣੇ ਸ਼ੇਰੇ ਲਾ ਕੇ ਹੋ ਗਿਆ ਤੈਨੂੰ ਲੈਣ ਮਰ ਜਾ ਨੱਕ ਡੋਬ ਕੇ ਚੁੱਪ ਕਰਕੇ ਤੇ ਬਹਿ ਜਾ ਜਿੱਦਾਂ ਦੀ ਹੈਗੀ ਆ ਮੈਂ ਜਿੱਦਾਂ ਨਹੀਂ ਮੈਂ ਬੜੀ ਵਧੀਆ ਵਾਂ ਠੀਕ ਆ ਨਾ ਉਦੋਂ ਤੇ ਆਪ ਹੀ ਮਾਂ ਪੁੱਤ ਉਧਰ ਨੂੰ ਗਏ ਸੀ ਕਿੰਨੇ ਗਿਆ ਸੀ ਉਧਰ ਨੂੰ ਜਾਣ ਨੂੰ ਤੁਹਾਨੂੰ ਤੇ ਮਾਂ ਪੁੱਤ ਪਤਾ ਕਿਉਂ ਗਏ ਸੀ ਵੀ ਅਸੀਂ ਜਿਤਨਾ ਵਿਆਹ ਕੇ ਲਿਆਈਏ ਤੇ ਫਿਰ ਉਹ ਨਹੀਂ ਮੰਨੇ ਤੇ ਤੂੰ ਹੀ ਉਹਨਾਂ ਦੀ ਮੰਨ ਲੈਂਦੀ ਮੇਰਾ ਪਿਓ ਆ ਕੇ ਵਿਆਹ ਕੇ ਗਿਆ ਹੀ ਆ ਨਾ ਇਦਾਂ ਦੇ ਨਹੀਂ ਨਾ ਮੈਂ ਨਿਕਲ ਕੇ ਆ ਗਈ ਹੁਣ ਆਹੋ ਬੜੀਆਂ ਧੁੰਮਾਂ ਪਈਆਂ ਵਾ ਕੇ ਤੇਰਾ ਪਿਓ ਵਿਆਹ ਕੇ ਗਿਆ ਉੱਥੇ ਹੀ ਤੇਰਾ ਮੱਥਾ ਡੰਮ ਗਿਆ ਵੀ ਇੱਥੇ ਵੜੀ ਨਾ ਮੁੜ ਕੇ ਇਹ ਤਾਂ ਗੱਲ ਉਹਨੇ ਕਿਸੇ ਵੇਲੇ ਵੀ ਨਹੀਂ ਕਹੀ ਐਵੇਂ ਨਾ ਝੂਠ ਬੋਲੀ ਜਾਓ ਆਹੋ ਝੂਠ ਤੇਰੇ ਕੋਲ ਹੀ ਆ ਮੇਰੇ ਕੋਲ ਝੂਠ ਹੈ ਨਹੀਂਗਾ ਚੁੱਪ ਕਰਕੇ ਬਹਿ ਜਾ ਮੇਰੇ ਕੋਲ ਹੋਰ ਨਾ ਹੁਣ ਸੁਣ ਲਈ ਨਹੀਂ ਕੀ ਸੁਣਾਓਗੇ ਉਦੋਂ ਦੀ ਤੁਸੀਂ ਸੁਣਾਉਣੀ ਡੇ ਜੀ ਨਾ ਆ ਸੂਟਾਂ ਕਰਕੇ ਮੇਰੇ ਨਾਲ ਲੜਾਈ ਕਰਨ ਡੇ ਜੀ ਨਾ ਇਹੋ ਜਿਹੇ ਸੂਟਾਂ ਦੀ ਮੇਰੇ ਕੋਲ ਅਲਮਾਰੀ ਭਰੀ ਪਈ ਆ ਲੱਗਿਆ ਤੁਸੀਂ ਮੈਨੂੰ ਗੱਲਾਂ ਕਰਕੇ ਦੱਸਣ ਨਹੀਂ ਮੈਂ ਤਾਂ ਸਮਝਦੀ ਤੇਰਾ ਦਿਮਾਗ ਮੋਟਾ ਪਰ ਤੇਰੀ ਤੇ ਜ਼ਬਾਨ ਹੀ ਬੜੀ ਚੱਲਦੀ ਆ ਤੂੰ ਤਾਂ ਕੁੱਤੇ ਵਾਂਗ ਭੌਂਕਦੀ ਆ ਇੰਨਾ ਬਕਵਾਸ ਕਰਦੀ ਆ ਮੇਰੇ ਅੱਗੇ ਆ ਲੈਂਦੇ ਹਾਂ ਮੁੰਡੇ ਨੂੰ ਦੱਸਦੀ ਆ ਉਹਨੂੰ ਵੀ ਐਡੀ ਲੰਮੀ ਜ਼ਬਾਨ ਹੀ ਹੋਏ ਦੀ ਹੈ
ਕੀ ਗੱਲ ਹੋਈ ਆ, ਤੂੰ ਕਿਹੜੀ ਗੱਲ ਰੋਣ ਡੀ ਆ? ਹੈ ਓ ਕੀ ਗੱਲ ਹੋਈ ਆ? ਵਿੱਕੀ ਟੋਣਾ ਸੂਟ ਦੇ ਕੇ ਗਏ ਤੇ ਮੰਮੀ ਨੇ ਸਵਾਈ ਦਿੱਤੀ ਹੈ ਨਾ 6000 ਰੁਪਇਆ, ਉਹ 6000 ਕਰਕੇ ਮੰਮੀ ਨੇ ਮੈਨੂੰ ਬੜੀਆਂ ਗੱਲਾਂ ਕੀਤੀਆਂ, ਮੇਰੇ ਬੜੇ ਬੇਇੱਜ਼ਤੀ ਕੀਤੀ ਆ। ਬੇਇੱਜ਼ਤੀ ਕੀਤੀ ਹੈ? ਮੇਰੇ ਸੱਚੀ ਬੜੀ ਬੇਇੱਜ਼ਤੀ ਕੀਤੀ ਮੰਮੀ ਨੇ। ਕਿੱਥੇ ਆ ਮਾਤਾ? ਮੰਮੀ ਕਿੱਥੇ? ਮੰਮੀ ਹਾਂ ਵੇ ਕੀ ਪਾਰਟੀ ਜਾਣਾ ਆ? ਇੱਧਰ ਆਓ, ਤੁਹਾਡੇ ਨਾਲ ਗੱਲ ਕਰਨੀ ਆ। ਤੂੰ ਕਿਹੜੀ ਗੱਲ ਕਰਨੀ ਆ? ਗੱਲ ਤੇਰੇ ਨਾਲ ਮੈਂ ਕਰਨੀ ਆ। ਵੇ ਉਹ ਜਿਹੜੀ ਇੰਨੀ ਮਹਿੰਗੀ ਉਹਨੂੰ ਵਰੀ ਬਣਾਤੀ, ਉਹ ਕਿੱਥੇ ਜਾਣਾ ਆ? ਪੇਕਿਆਂ ਉਹਦਿਆਂ ਨੇ ਉਹਨੂੰ ਛੱਡਿਆ, ਭੈਣ ਨੂੰ ਤੂੰ ਕਹਿਤਾ ਆਉਣਾ, ਆਵੀ ਨਹੀਂ ਆਉਣਾ ਨਾ ਆਈ, ਆਪਣੀ ਰਿਸ਼ਤੇਦਾਰੀ 'ਚ ਮੈਂ ਨਹੀਂ ਤੁਹਾਨੂੰ ਖਾਣਾ, ਅਤੇ ਹੋਰ ਤੂੰ ਕਿਹੜੀ ਰਿਸ਼ਤੇਦਾਰੀ ਨਵੀਂ ਲੱਭ ਲਈ ਆ? ਤੇ ਨਹੀਂ ਇਹਦਾ ਮਤਲਬ ਕੱਪੜੇ ਬਣਾਉਣੇ ਨਹੀਂ, ਘਰ ਨਹੀਂ ਪਾਉਣੇ ਆਪਾਂ, ਬਾਹਰ ਅੰਦਰ ਜਾਈਦਾ ਨੀਗਾ। ਤੇ ਮੈਨੂੰ ਦੱਸਣ ਦਾ ਕੋਈ ਫਰਜ਼ ਨਹੀਂ ਸੀ? ਤੁਹਾਨੂੰ ਦੱਸਦਾ ਸੀ ਸਾਰੇ ਕੰਮ ਕਰਨੇ ਆ ਗਏ। ਤੇ ਫਿਰ ਭੈ ਸਵਾਈ ਦੇਣ ਵਾਲੀ ਕਿਉਂ ਕਹਿਤਾ ਵੀ 6000 ਦੇ ਦੇ, ਉਹ ਵੀ ਦੇ ਲਈ ਤੂੰ ਆਪਣੇ ਕੋਲੋਂ, ਉਹ ਹੈ ਨਹੀਂ ਤੇਰੇ ਕੋਲ? ਫਿਰ ਕੀ ਦੇਤਾ ਦਸਾਨ ਕਰਤਾ? ਕਿੱਡੀ ਨੋ ਵਾਸਤੇ ਦਿੱਤੇ ਆ? ਕਿੱਡੀ ਤੂੰ ਜਮਾਨ ਚਲਾਉਣਾ ਵਾ? ਜਬਾਨ ਚਲਾਉਣਾ ਹੋਇਆ ਕਿਤੇ? ਮਾੜਾ ਮੋਟਾ ਬੰਦੇ ਨੇ ਕਹਿ ਲਿਆ, ਪਰ ਤੁਸੀਂ ਤੇ ਇੱਕੋ ਕੰਮ ਫੜ ਛੱਡਿਆ ਵਾ। ਤੇਰੀਆਂ ਚੋਰੀਆਂ ਨਹੀਂ ਗੀਆਂ ਜਾਣੀਆਂ, ਇਹ ਰਹਿਣਾ ਇਹੋ ਹੀ ਕੰਮ ਤੇਰਾ, ਤੇ ਮੈਂ ਤਾਂ ਨਹੀਂ ਗਾ ਬੋਲਣੋਂ ਹਟਣਾ। ਨਹੀਂ ਹਟਣਾ ਤੇ ਨਾ ਹਟੋ ਫਿਰ। ਸਾਰੀਆਂ ਗੱਲਾਂ ਛੱਡ, ਮੈਨੂੰ ਪਹਿਲਾਂ ਇਹ ਦੱਸ ਕਿ ਉਹ ਡੋਲੇ ਨੂੰ ਜਿਹੜੀ ਵਰੀ ਬਣਾ ਕੇ ਦਿੱਤੀ ਉਹ ਪੈਸੇ ਕਿੱਥੋਂ ਲੈ ਆਈਓ? ਇੱਧਰ ਆ ਮਾਤਾ, ਤੈਨੂੰ ਮੈਂ ਦੱਸਾਂ ਕਿੱਥੋਂ ਆਏ ਪੈਸੇ। ਨਾ ਕੀ ਮਾਤਾ ਉੱਚੀ ਉੱਚੀ ਬੋਲ ਕੇ ਤੇ ਮੇਰਾ ਉਹਦੇ ਸਾਹਮਣੇ ਜਲੂਸ ਲੱਗੀਆਂ ਕਢਾਉਣ? ਹੈ ਵੇ ਤੈਨੂੰ ਆ ਘਰ ਬੈਠਿਆ ਜਲੂਸ ਲੱਗਦਾ ਵਾ, ਤੇ ਜਿਹੜਾ ਤੂੰ ਮੇਰਾ ਰਿਸ਼ਤੇਦਾਰੀਆਂ 'ਚ ਕਢਾਈ ਆ ਉਹ ਤੈਨੂੰ ਕੋਈ ਨਹੀਂ ਪਤਾ? ਬਹੁਤ ਮੈਂ ਕਢਾਇਆ ਰਿਸ਼ਤੇਦਾਰੀਆਂ 'ਚ ਕੇ? ਨਹੀਂ ਕਸਰ ਛੱਡੀ ਆ ਤੂੰ ਕੋਈ ਕੇ? ਨਹੀਂ ਅਗਲੀ ਸੁਣੂਗੀ ਤਾਂ ਕੀ ਸੋਚੂਗੀ ਕਿ ਇਹਦੀ ਮਾਂ ਇਹਨੂੰ ਪੈਸੇ ਨਹੀਂ ਦਿੰਦੀ? ਤੇ ਇੱਕ ਦਿਨ ਤਾਂ ਉਹਨੂੰ ਪਤਾ ਲੱਗਣਾ ਹੀ ਆ, ਜਿੰਨੀਆਂ ਮਰਜ਼ੀ ਚੋਰੀਆਂ ਰੱਖ ਤੂੰ ਉਹਦੇ ਕੋਲੋਂ, ਸੱਚ ਸਾਹਮਣੇ ਹੀ ਆਉਣਾ ਵਾ। ਇਸੇ ਕਰਕੇ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਮੰਗੇ, ਮੈਨੂੰ ਪਹਿਲਾਂ ਪਤਾ ਸੀ ਕਿ ਤੁਸੀਂ ਇਹੋ ਕੁੱਤ ਕਲੇਸ਼ ਕਰਨਾ ਵਾ ਜਿਹੜਾ ਹੁਣ ਕਾਂਡੇ ਜੇ। ਫਿਰ ਦੱਸ ਮੈਨੂੰ ਵੀ ਕਿੱਥੋਂ ਪੈਸੇ ਆਉਂਦੇ ਹੀ ਹੋ? ਮੈਂ ਆਪਣੇ ਯਾਰ ਦੋਸਤ ਕੋਲੋਂ ਲਏ ਆ ਪੈਸੇ। ਉਹ ਕਿਹੜਾ ਯਾਰ ਦੋਸਤ ਆ ਜਿਹਨੇ ਤੈਨੂੰ ਇੰਨੇ ਪੈਸੇ ਦੇ ਤੇ? ਬਥੇਰੇ ਆ, ਵਾਧੂ ਯਾਰ ਦੋਸਤ ਮੇਰੇ। ਬਹੁਤ ਤੇਰੇ ਯਾਰ ਦੋਸਤ ਆ, ਮੈਨੂੰ ਭੁਲੇਖਾ ਤੇਰੇ ਯਾਰਾਂ ਦੋਸਤਾਂ ਦਾ। ਉਹ ਮਾਤਾ ਤੂੰ ਤਾਂ ਚੁੱਪ ਹੀ ਕੀਤੀ ਰਹਿ, ਤੈਨੂੰ ਭੁਲੇਖਾ ਹੀ ਆ ਵਾਕਿਆ ਮੇਰੇ ਯਾਰਾਂ ਦੋਸਤਾਂ ਦਾ। ਅਗਲੇ ਹੱਥੀ ਸਾਵਾਂ ਕਰਦੇ ਆ, ਉਹ ਇੱਕ ਵਾਰੀ ਮੰਗਾ ਨਾ ਪੈਸੇ ਅਗਲਿਆਂ ਕੋਲ, ਨਾ ਨਹੀਂ ਕਰਦੇ। ਤੇਰੇ ਵਰਗੇ ਥੋੜ੍ਹੀ ਆ, ਜਾਨ ਵਾਰਦੇ ਆ ਅਗਲੇ ਮੇਰੇ ਤੋਂ ਜਾਣ। ਵੀ ਆਹ ਜਿਹੜੇ ਤੇਰੇ ਤੋਂ ਜਾਨ ਮਾਰਦੇ ਆ ਨਾ ਲਫੰਡਰ ਅਮਲੀ ਨਸ਼ਾ ਪੱਤਾ ਕਰਨ ਵਾਲੇ, ਉਹਨਾਂ ਤੇਰੀ ਜਾਨ ਕਿਸੇ ਦਿਨ ਨੂੰ ਲੈਣੀ ਹੋ। ਜਾ ਮਾਤਾ ਕੰਮ ਕਰ, ਤੇਰਾ ਵਹਿਮ ਹੀ ਹੋ।